ਅੱਜ ਸਾਡੀ ਪਰਮਜੀਤ ਦਾ ਹੈਪੀ ਬਰਥਡੇ। ਪਰਮਜੀਤ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਪਰਮਜੀਤ। ਸਾਕਸ਼ੀ ਇੱਥੇ ਆ ਜਾਓ ਪੁੱਤ। ਹੈਪੀ ਬਰਥਡੇ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਧੀ ਰਾਣੀ ਦਾ, ਪਰਮਜੀਤ ਕੌਰ ਜੀ ਦਾ ਹੈਪੀ ਬਰਥਡੇ ਹੈ ਜੀ, ਜਨਮਦਿਨ। ਪਰਮਜੀਤ, ਸਾਕਸ਼ੀ, ਤਾਨੀਆ, ਇਹ ਸਾਡੇ ਪਰਿਵਾਰ ਦੀਆਂ ਧੀਆਂ ਜਿਹੜੀਆਂ ਵੱਡੀਆਂ, ਜਿਹੜੀਆਂ ਵੱਡੀ ਕਲਾਸ ਦੇ ਵਿੱਚ ਪੜ੍ਹਦੀਆਂ, ਉਸ ਤੋਂ ਛੋਟੀਆਂ ਕਵਿਤਾ ਵਾ, ਸਿਮਰਨ ਆ, ਲਤਿਕਾ ਵਾ, ਫਿਰ ਅੱਗੇ ਸਾਹਿਬਜੋਤ ਆ, ਆਰਤੀ ਆ, ਪਾਰੋ ਆ, ਹੈ ਨਾ, ਉਸ ਤੋਂ ਅੱਗੇ ਸਿਮਰਨ ਆ, ਕੀਰਤ ਆ, ਸਾਡੇ ਛੋਟੀਆਂ ਧੀਆਂ। ਇਹ ਸਾਡੇ ਸੁਪਨਿਆਂ ਦੇ ਘਰ ਦੇ ਸਾਰੇ ਬੱਚੇ ਅਤੇ ਬੱਚੀਆਂ, ਸੁਪਨਿਆਂ ਦੇ ਘਰ ਦੀ ਫੁਲਵਾੜੀ ਆ। ਅਤੇ ਇਹ ਫੁਲਵਾੜੀ ਦੇ ਫੁੱਲ ਜਿਵੇਂ ਜਿਵੇਂ ਵੱਡੇ ਹੋ ਰਹੇ ਨੇ, ਅਸੀਂ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹਮੇਸ਼ਾ ਤੁਹਾਨੂੰ ਵੀ ਨਾਲ ਸ਼ਰੀਕ ਕਰਾਉਂਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਇੱਕ ਪਰਿਵਾਰ ਦਾ ਹਿੱਸਾ ਹੋ, ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਪਰਿਵਾਰ ਅੱਗੇ ਵੱਧ ਰਿਹਾ। 750 ਤੋਂ ਵੱਧ ਪਰਿਵਾਰਕ ਮੈਂਬਰ ਨੇ ਸਾਰੇ, ਅਤੇ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਦੀਆਂ, ਚਾਹੇ ਉਹ ਜਨਮਦਿਨ ਦੀਆਂ ਕੋਈ ਖੁਸ਼ੀਆਂ ਬੱਚਿਆਂ ਦੀਆਂ ਹੋਣ, ਚਾਹੇ ਵੀਰਾਂ ਦੀਆਂ ਹੋਣ, ਚਾਹੇ ਕੋਈ ਸਾਡੇ ਪਰਿਵਾਰ 'ਚ ਅਣਸੁਖਾਵੀਆਂ ਘਟਨਾਵਾਂ ਹੋ ਜਾਂਦੀਆਂ, ਦੁੱਖ ਅਤੇ ਸੁੱਖ ਇਕੱਠੇ ਹੀ ਸਫ਼ਰ ਕਰਦੇ ਨੇ ਸੁਪਨਿਆਂ ਦੇ ਘਰ ਵਿੱਚ। ਅਤੇ ਕਈ ਵਾਰੀ ਹਾਲਾਤ ਇੱਦਾਂ ਦੇ ਹੁੰਦੇ ਨੇ, ਸਾਡਾ ਕੋਈ ਬਾਪੂ ਬਜ਼ੁਰਗ ਤੁਰ ਜਾਂਦਾ ਸਾਨੂੰ ਛੱਡ ਕੇ, ਅਤੇ ਕਈ ਵਾਰੀ ਹਾਲਾਤ ਇੱਦਾਂ ਦੇ ਹੁੰਦੇ ਨੇ ਸਾਡੇ ਪਰਿਵਾਰ 'ਚ ਕੋਈ ਨਵਾਂ ਮੈਂਬਰ ਅੱਜ ਆ ਰਿਹਾ ਹੁੰਦਾ ਵਾ, ਸਾਡੇ ਪਰਿਵਾਰ ਦਾ ਹਿੱਸਾ ਬਣ ਰਿਹਾ ਹੁੰਦਾ, ਅਤੇ ਕਈ ਸਾਡੇ ਇਸ ਤਰ੍ਹਾਂ ਦੇ ਪਰਿਵਾਰ ਦੇ ਮੈਂਬਰ ਬੱਚਿਆਂ ਦੇ ਜਨਮਦਿਨ ਹੁੰਦੇ ਆ, ਉਹਦੀਆਂ ਖੁਸ਼ੀਆਂ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕਰਦੇ। ਅਤੇ ਅੱਜ ਪਰਮਜੀਤ ਦਾ ਜਨਮਦਿਨ ਆ। ਪਰਮਜੀਤ ਅਤੇ ਹਰਜਾਪ, ਇਹ ਦੋਨੋਂ ਬੱਚੇ, ਦੋਨੋਂ ਭੈਣ ਭਰਾ ਸਾਡੇ ਕੋਲ ਜਦ ਸੁਪਨਿਆਂ ਦੇ ਘਰ ਆਏ ਸੀਗੇ, ਤੁਸੀਂ ਸਾਰਿਆਂ ਨੇ ਦੇਖਿਆ ਸੀ ਕਿੱਦਾਂ ਕਈ ਵਾਰੀ ਕਿਸਮਤ ਵੀ ਸਾਡੇ ਨਾਲ ਕਿਸਾ ਮਜ਼ਾਕ ਕਰਦੀ ਆ, ਵੀ ਅਸੀਂ ਚੰਗੇ ਹੱਸਦੇ ਖੇਡਦੇ ਪਰਿਵਾਰਾਂ ਦੇ ਵਿੱਚ ਹੁੰਦੇ ਹਾਂ, ਸਾਨੂੰ ਨਹੀਂ ਪਤਾ ਸਾਡੇ ਪੈਰਾਂ ਥੱਲਿਓਂ ਕਦੋਂ ਜ਼ਮੀਨ ਨਿਕਲ ਜਾਂਦੀ ਆ। ਅਤੇ ਇਹਨਾਂ ਦੋਨੋਂ ਭੈਣ ਭਰਾਵਾਂ ਦੇ ਨਾਲ ਵੀ ਕੁਛ ਇਸੇ ਤਰ੍ਹਾਂ ਹੀ ਹੋਇਆ। ਮਾਂ ਦੁਨੀਆਂ ਤੋਂ ਤੁਰ ਗਈ, ਬਾਪ ਇਸ ਦੁਨੀਆਂ 'ਚ ਹੁੰਦਿਆਂ ਹੋਇਆਂ ਵੀ ਐਸੇ ਹਾਲਾਤਾਂ 'ਚ ਚਲਿਆ ਗਿਆ ਵੀ ਉਹ ਬੱਚਿਆਂ ਨੂੰ ਮਾਂ ਬਾਪ ਵਾਲਾ ਪਿਆਰ ਅਤੇ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ, ਉਹਨੇ ਕੁਛ ਐਸੀ ਕੁਛ ਗਲਤੀਆਂ ਕੀਤੀਆਂ, ਉਹ ਜੇਲ੍ਹ ਚਲਾ ਗਿਆ। ਬੱਚੇ ਥਾਣੇ ਦੇ ਬਾਹਰ ਬੈਠੇ ਰਹੇ ਦਰਖਤ ਦੇ ਥੱਲੇ ਵੀ ਸਾਡਾ ਪਾਪਾ ਅੰਦਰ ਗਿਆ, ਵਾਪਸ ਆਊਗਾ। 3 ਦਿਨਾਂ ਬਾਅਦ ਆਸ ਪੜੋਸ ਦੇ ਲੋਕ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਏ ਇਹਨਾਂ ਦੋਨੋਂ ਸਾਡੇ ਧੀ ਪੁੱਤਾਂ ਨੂੰ। ਅਤੇ ਅੱਜ ਸਾਡੀ ਧੀ ਪਰਮਜੀਤ ਕੌਰ ਸਕੂਲ 'ਚ ਪੜ੍ਹਦੀ ਆ, ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਹੋਣਹਾਰ ਵਿਦਿਆਰਥਣ ਆ, ਅਤੇ ਖੇਡਾਂ ਦੇ ਵਿੱਚ ਵੀ ਇਹ ਬੱਚੇ ਸਾਡੇ ਪਾਰਟੀਸਪੇਟ ਕਰਦੇ ਆ, ਹਰਜਾਪ ਵੀ ਅਤੇ ਪਰਮਜੀਤ ਵੀ। ਜ਼ਿੰਦਗੀ ਹਮੇਸ਼ਾ ਸਾਨੂੰ ਵਾਰ ਵਾਰ ਮੌਕਾ ਦਿੰਦੀ ਹੈ, ਪਰ ਸਾਨੂੰ ਉਹ ਮੌਕਾ ਸਮਝਣਾ ਅਤੇ ਉਸ ਮੌਕੇ ਦਾ ਫਾਇਦਾ ਲੈਣਾ ਆਉਣਾ ਚਾਹੀਦਾ। ਬੱਚਿਆਂ ਦੇ ਲਈ, ਸਾਡਿਆਂ ਦੇ ਲਈ ਇਹ ਬਹੁਤ ਵੱਡਾ ਮੌਕਾ, ਸਾਡੇ ਲਈ ਵੀ ਇੱਕ ਪ੍ਰੀਖਿਆ ਦੀ ਘੜੀ ਆ ਵੀ ਅਸੀਂ ਇਹਨਾਂ ਬੱਚਿਆਂ ਦੇ ਮਾਂ ਬਾਪ ਬਣ ਸਕੀਏ, ਇੱਕ ਮਾਂ ਬਾਪ ਬਣ ਕੇ ਇਹਨਾਂ ਦਾ ਫਰਜ਼ ਨਿਭਾ ਸਕੀਏ। ਅਸੀਂ ਇਹ ਛੋਟੀਆਂ ਛੋਟੀਆਂ ਖੁਸ਼ੀਆਂ ਬੱਚਿਆਂ ਦੀਆਂ ਹਮੇਸ਼ਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕਿਉਂਕਿ ਸਾਡੀਆਂ ਇਹਨਾਂ ਧੀਆਂ ਨੇ ਅਜੇ ਜ਼ਿੰਦਗੀ 'ਚ ਬਹੁਤ ਵੱਡੀਆਂ ਮੱਲਾਂ ਮਾਰਨੀਆਂ। ਸਾਡੀਆਂ ਇਹਨਾਂ ਧੀਆਂ ਨੇ ਆਪਣੇ ਜਿੱਥੇ ਪਰਿਵਾਰ ਵਾਸਤੇ, ਉੱਥੇ ਸੁਪਨਿਆਂ ਦੇ ਘਰ ਦੇ ਪਰਿਵਾਰ ਵਾਸਤੇ ਵੀ ਇਹਨਾਂ ਦੇ ਸੁਪਨੇ ਬਹੁਤ ਵੱਡੇ ਨੇ। ਅਰਦਾਸ ਕਰਿਓ ਸਾਡੇ ਬੱਚੇ ਬੱਚੀਆਂ ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣ ਸਕਣ, ਕਿਉਂਕਿ ਚੰਗੇ ਇਨਸਾਨ ਹੋਣਾ ਹੀ ਸਭ ਤੋਂ ਵੱਡੀ ਗੱਲ ਆ। ਧੰਨਵਾਦ ਆ ਸਾਡੇ ਟੀਚਰ ਸਾਹਿਬਾਨ ਖੜ੍ਹੇ ਨੇ, ਭੈਣਾਂ ਸਾਡੀਆਂ ਅੰਕ ਬਾਈ ਜੀ ਹੁਣੀ ਖੜ੍ਹੇ ਨੇ, ਇਹ ਬੱਚਿਆਂ ਨੂੰ ਉਹਨਾਂ ਦੇ ਇੱਕ
ਗਾਰਡੀਅਨ ਬਣ ਕੇ, ਇੱਕ ਆਪਣੇ ਪਰਿਵਾਰਕ ਮੈਂਬਰ ਬਣ ਕੇ, ਇੱਕ ਮਾਂ ਬਾਪ ਵਾਂਗ ਜਿੱਥੇ ਪੜ੍ਹਾ ਵੀ ਰਹੇ ਨੇ ਉੱਥੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਉਂਦੇ ਨੇ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਉਹ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਸਕੀਏ। ਤੁਹਾਨੂੰ ਵੀ ਸਾਡੀ ਬੇਨਤੀ ਹੈ ਹੱਥ ਜੋੜ ਕੇ ਵੀ ਸਾਡੀ ਧੀ ਵਾਸਤੇ ਅਰਦਾਸ ਕਰਿਓ, ਪਰਮਜੀਤ ਨੂੰ ਬਾਬਾ ਜੀ ਇੰਨੀ ਸ਼ਕਤੀ ਦੇਣ ਇਹ ਬੱਚੀ ਪੜ੍ਹ ਲਿਖ ਕੇ ਆਪਣੇ ਸੁਪਨੇ ਪੂਰੇ ਕਰ ਸਕੇ, ਆਪਣੇ ਛੋਟੇ ਭਰਾ ਦੀਆਂ ਉਹ ਸਾਰੀਆਂ ਖੁਸ਼ੀਆਂ ਉਹਨੂੰ ਵਾਪਸ ਦੇ ਸਕੇ ਜਿਹਨਾਂ ਤੋਂ ਕਿਤੇ ਨਾ ਕਿਤੇ ਉਹ ਵਾਂਝਾ ਰਹਿ ਗਿਆ ਸੀ। ਇਹਨਾਂ ਦੋਨੋਂ ਭੈਣ ਭਰਾਵਾਂ ਨੇ ਬੜੀ ਛੋਟੀ ਉਮਰ 'ਚ ਬੜਾ ਔਖਾ ਸਮਾਂ ਵੀ ਦੇਖਿਆ, ਪਰ ਅੱਜ ਜਿੱਥੇ ਦੁੱਖ ਦੇਖਿਆ ਉੱਥੇ ਸੁੱਖ ਵੀ ਬਹੁਤ ਮਾੜਾ ਨਹੀਂ ਦਿੱਤਾ। ਅੱਜ ਇਸ ਘਰ ਦੇ ਵਿੱਚ ਹਰ ਸ਼ੈ, ਹਰ ਉਹ ਜ਼ਰੂਰਤ ਵਾਲੀ ਚੀਜ਼ ਜਿੱਥੇ ਪੂਰੀ ਹੁੰਦੀ ਆ, ਹਰ ਖੁਸ਼ੀਆਂ ਛੋਟੀਆਂ ਤੋਂ ਵੱਡੀਆਂ ਪੂਰੀਆਂ ਹੋ ਰਹੀਆਂ, ਉੱਥੇ ਸਾਰਾ ਟਾਈਮ ਇਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੱਸਣ ਖੇਡਣ ਦਾ ਵੀ ਮੌਕਾ ਮਿਲਦਾ। ਅਤੇ ਅੱਜ ਇਹ ਸਾਡੇ ਲਈ ਛੋਟਾ ਜਿਹਾ ਕੇਕ ਕੱਟਣ ਦਾ ਇੱਕ ਰਸਮ ਨਹੀਂ ਹੈਗੀ, ਸਾਡੇ ਲਈ ਇਹ ਖੁਸ਼ੀਆਂ ਨੂੰ ਵੰਡਣ ਦਾ ਕਹਿਲਾ। ਪਰਮਜੀਤ ਤੇਰੇ ਵਾਸਤੇ ਤੈਨੂੰ ਗੁੱਡੀਆਂ ਲਿਆ ਕੇ ਦਿੱਤੀ ਹੈ ਭਾਈ, ਅਤੇ ਇਹ ਸਾਡੀਆਂ ਨਿੱਕੀਆਂ ਨਿੱਕੀਆਂ ਗੁੱਡੀਆਂ ਵਾਂ, ਸਾਡੀਆਂ ਧੀਆਂ ਵਾਂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਕਲੈਪੇ। ਲੈ ਵੀ ਤੀ ਰਾਣੀ ਜਿਉਂਦੀ ਵੱਸਦੀ ਰਹਿ, ਮਹਾਰਾਜ ਲੰਬੀ ਉਮਰ ਕਰੇ, ਤੰਦਰੁਸਤੀ ਬਖਸ਼ੇ ਤੇ। ਹਾਂ ਤੂੰ ਵੀ ਖਵਾ, ਤੂੰ ਵੀ ਖਵਾ, ਲੈ ਫੜ ਖਵਾ ਦੇ। ਅੱਜ ਪਰਮਜੀਤ ਦੇ ਜਨਮਦਿਨ 'ਤੇ ਸਪੈਸ਼ਲ ਜਗਰਾਓਂ ਤੋਂ ਸਮੋਸੇ ਆਏ ਨੇ। ਜਗਰਾਓਂ ਦਾ ਮਸ਼ਹੂਰ ਹਲਵਾਈ ਆ, ਕੀ ਨਾਮ ਆ? ਸ਼ੋਕੀ। ਸ਼ਬਦ ਬਸ ਇੰਨਾ ਕੀ ਦੇਣਾ ਦੀਦੀ, ਇੰਨਾ ਕੀ ਦੇਣਾ। ਸ਼ੋਕੀ ਹਲਵਾਈ ਦੇ ਸਮੋਸੇ ਲੈ ਕੇ ਆਉਂਦੇ ਆ ਪਰਮਜੀਤ ਵਾਸਤੇ, ਸਾਡੀ ਵਾਸਤੇ, ਅਤੇ 100 ਸਮੋਸਾ ਇਕੱਲੀ ਨੇ ਖਾ ਕੇ ਦਿਖਾਉਣਾ ਸਾਨੂੰ ਸਾਰਿਆਂ ਨੂੰ।